जी ਤੁਹਾਡਾ ਬਹੁਤ ਬਹੁਤ ਸਵਾਗਤ ਆਪਣੇ ਚੈਨਲ ਦੇ ਉੱਤੇ। ਅੱਜ ਵੀ ਜੇ ਆਪਾਂ ਗੱਲ ਕਰਨੀ ਆ ਨਾ, ਮੈਂ ਕੱਲ ਦੇ ਦਿਨ ਤੁਹਾਡੇ ਨਾਲ ਕੁਝ ਸ਼ੇਅਰ ਕੀਤਾ ਸੀਗਾ ਜੋ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਦੇ ਕੁਝ ਪਲਾਨਸ ਆਏ ਨੇਗੇ, ਜੋ ਕਿ ਉਹਨਾਂ ਨੇ 2022 ਤੋਂ ਲੈ ਕੇ 2024 ਤੱਕ ਦੇ ਜਿਹੜੇ ਪਲਾਨ ਆਪਦੇ ਦੱਸੇ ਨੇਗੇ, ਜਿਹਦੇ ਵਿੱਚ ਤੁਹਾਨੂੰ ਮੈਂ ਸਾਰੀ ਡਿਟੇਲ ਜਿਹੜੀ ਪ੍ਰੋਵਾਈਡ ਕੀਤੀ ਸੀਗੀ। ਤੇ ਉਸ ਤੋਂ ਬਾਅਦ ਜਿਹੜੇ ਹੈਗੇ ਮੈਨੂੰ ਕਾਫੀ ਜਿਹੜੇ ਕੁਐਸਚਨਸ ਆਉਣੇ ਸ਼ੁਰੂ ਹੋ ਗਏ ਸੀਗੇ ਕਿ ਖਾਸ ਕਰਕੇ ਤਾਂ ਇਹ ਕਿ 18 ਲੱਖ ਦਾ ਬੈਕਲੌਗ ਆ ਤੇ ਉਹ ਬੁਲਾ ਸਿਰਫ 4 ਲੱਖ ਜਣੇ ਨੂੰ ਰਹੇ ਨੇ, ਉਸ ਦੇ ਬਾਰੇ ਤੁਹਾਨੂੰ ਦੱਸੂਗਾ ਕਿ ਉਹ 4 ਲੱਖ ਕਿਹੜੇ ਨੂੰ ਬੁਲਾ ਰਹੇ ਨੇ, ਕੀ ਉਹਨਾਂ ਦਾ ਕਹਿਣ ਦਾ ਮਕਸਦ ਹੈਗਾਗਾ। ਤੇ ਨੈਕਸਟ ਜਿਹੜੀ ਆਪਾਂ ਗੱਲ ਕਰਨੀ ਆ, ਹੁਣ ਕਾਫੀ ਜਣੇ ਕਹਿੰਦੇ ਸੀ ਕਿ TR2PR ਜਿਹੜਾ ਆਊਗਾ ਜਾਂ ਨਹੀਂ ਆਊਗਾ, ਕਿ ਜੋ ਉਹਨਾਂ ਨੇ 40,000 ਕਹੇ ਨੇ ਕਿ ਉਹ TR2PR ਦੇ ਵਿੱਚ ਸਾਨੂੰ ਕੰਸੀਡਰ ਕਰਨਗੇ ਕਿ ਨਹੀਂ ਕਰਨਗੇ, ਕਿ ਓਲਡ ਫਾਈਲਸ ਨੂੰ ਜਿਹੜਾ ਪਿਕ ਕਰਨਗੇ, ਉਸ ਦੇ ਵਿੱਚ ਜਿਹੜਾ ਤੁਹਾਨੂੰ ਕੁਝ ਡਾਊਟ ਕਲੀਅਰ ਕਰਨ ਦੀ ਕੋਸ਼ਿਸ਼ ਕਰੂੰਗਾ। ਬਾਕੀ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖ ਲਿਓ। ਸਪਾਊਸਲ ਓਪਨਵਰਡ ਵਾਲੇ ਹੋ ਗਏ, ਚਾਹੇ ਕੋਈ ਵੀ ਕੈਟਾਗਰੀ ਹੋ ਗਈ, ਉਹਨਾਂ ਲਈ ਕੁਝ ਇੰਪੋਰਟੈਂਟ ਜਿਹੜੀਆਂ ਗੱਲਾਂ ਇਸ ਦੇ ਵਿੱਚ ਹੋਣਗੀਆਂ, ਤੁਹਾਨੂੰ ਕਹੂੰਗਾ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖ ਲਿਓ, ਵੀਡੀਓ ਸਟ੍ਰੀਮ ਇਨਫੋਰਮੇਟਿਵ ਹੋਊਗੀ ਤੇ ਹੁਣ ਆਪਾਂ ਜਿਹੜੀ ਵੀਡੀਓ ਸ਼ੁਰੂ ਕਰਦੇ ਹਾਂ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਜੋ ਕਿ ਕੱਲ ਤੁਹਾਡੇ ਨਾਲ ਇੱਕ ਪਲਾਨ ਸ਼ੇਅਰ ਕੀਤੇ ਸੀਗੇ ਕਿ ਕੈਨੇਡਾ ਜਿਹੜਾ 2022 ਦੇ ਵਿੱਚ 4,32,000 ਦੇ ਕਰੀਬ ਜਿਹੜੇ ਹੈਗੇ ਨੇ ਉਹ ਇਨਵਾਈਟ ਕਰੂਗਾ ਕੈਨੇਡਾ ਦੇ ਵਿੱਚ, ਕਿਉਂਕਿ ਉਹ ਜਿਹੜਾ ਉਹਨਾਂ ਦੇ ਕਹਿਣ ਦਾ ਹੋ ਹੁੰਦਾਗਾ। ਬਟ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹੁੰਦਾ, ਜੋ ਟੈਂਪਰੇਰੀ ਵੀਜ਼ੇ ਤੇ ਹੁੰਦੇ ਨੇਗੇ, ਚਾਹੇ ਉਹ ਸਪਾਊਸਲ ਓਪਨ ਵਰਲਡ ਹੋ ਗਿਆ, ਚਾਹੇ ਉਹ ਸਟੂਡੈਂਟਸ ਹੋ ਗਏ, ਚਾਹੇ ਉਹ LMIA ਵਰਕ ਪਰਮਿਟ ਵਾਲੇ ਹੋ ਗਏ, ਚਾਹੇ ਕੋਈ ਵੀ ਕੈਟਾਗਰੀ ਹੋ ਗਈ, ਚਾਹੇ ਵਿਜ਼ਟਰ ਹੋ ਗਿਆ ਨਾ, ਇਹ ਸਾਰੇ ਜਿਹੜੇ ਕਿ ਟੈਂਪਰੇਰੀ ਵੀਜ਼ੇ ਤੇ ਆ ਜਾਂਦੇ ਨੇ। ਬਟ ਜੇਕਰ ਇਹ 4 ਲੱਖ ਸਾਢੇ ਸਾਢੇ 4 ਲੱਖ ਦੇ ਲਵੇ ਜਿਹੜੇ ਬੰਦੇ ਬੁਲਾ ਰਹੇ ਨੇ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਇਹਦੇ ਵਿੱਚ ਜਿਹੜਾ ਹੈਗਾ ਟੈਂਪਰੇਰੀ ਫਾਈਲਸ ਨੂੰ ਵੀ ਜਿਹੜਾ ਕੱਢ ਰਹੇ ਨੇਗੇ। ਇਸ ਨੂੰ ਦੱਸਦਾ ਜੋ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਜਾਂ ਫਿਰ ਇੰਡੀਆ ਤੋਂ ਜਾਂ ਫਿਰ ਕਿਸੇ ਵੀ ਹੋਰ ਕੰਟਰੀ ਤੋਂ ਕੈਨੇਡਾ ਦੀ PR ਲੈ ਕੇ ਉੱਥੇ ਜਾਣਗੇ, ਉਹਨਾਂ ਦੀ ਗੱਲ ਜਿਹੜੀ ਕੀਤੀ ਗਈ ਹੈ ਵੀ ਕੈਨੇਡਾ ਦੇ ਵਿੱਚ ਕਿੰਨੇ ਲੋਕਾਂ ਜਿਹੜਾ ਉਹ ਹਰ ਸਾਲ ਜਿਹੜੀ PR ਦੇਣਗੇ। ਤਾਂ ਉਹ ਕਹਿ ਰਹੇ ਨੇ ਕਿ ਅਸੀਂ 4.5 ਲੱਖ ਲੋਕਾਂ ਜਿਹੜੀ ਹੈਗੀ ਕੈਨੇਡਾ ਦੇ ਵਿੱਚ PR ਦੇਣੀ ਹੈਗੀ, ਜੋ ਕਿ ਇਹਨਾਂ ਦੀ 1 ਸਾਲ ਦੇ ਵਿੱਚ ਜੋ ਟੀਚਾ ਹੋਊਗਾ, ਲਗਭਗ ਪਹਿਲੇ ਸਾਲ 4,32,000, ਦੂਜੇ ਸਾਲ 4,47,000 ਤੇ ਤੀਜੇ ਸਾਲ 4,52,000 ਦੇ ਕਰੀਬ ਜਿਹੜਾ ਇਹਨਾਂ ਦਾ ਇਹ ਡਾਟਾ ਨਿਕਲ ਕੇ ਆਉਂਦਾ ਗਾ। ਤਾਂ ਮੈਂ ਤੁਹਾਨੂੰ ਇਹ ਕਹੂੰਗਾ ਕਿ ਇਹ ਹਰ ਇੱਕ ਕੈਟਾਗਰੀ ਨੂੰ ਡਿਵਾਈਡ ਕੀਤਾ, ਜੋ ਕਿ ਮੈਂ ਕੱਲ੍ਹ ਦੀ ਵੀਡੀਓ ਦੱਸਿਆ, ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋਗੇ। ਤਾਂ ਪਲੀਜ਼ ਨਾ ਘਬਰਾਓ ਕਿ ਹਾਂ ਜੀ 18 ਲੱਖ ਫਾਈਲਾਂ ਦਾ ਬੈਕਲੌਗ ਹੈਗਾ ਅਤੇ ਬੁਲਾ ਸਿਰਫ 4 ਲੱਖ ਰਹੇ ਨੇਗੇ, ਇਸਦੇ ਵਿੱਚ ਜਿਹੜੀ ਹੈਗੀ ਟੈਂਪਰੇਰੀ ਵੀਜ਼ਾ ਨਹੀਂ ਆਉਂਦਾ। ਟੈਂਪਰੇਰੀ ਵੀਜ਼ੇ ਉੱਤੇ ਕਦੇ ਵੀ ਇਹ ਡਿਟੇਲ ਦੇ ਵਿੱਚ ਨਹੀਂ ਪ੍ਰੋਵਾਈਡ ਕਰਦੇ ਹੁੰਦੇ ਕਿ ਹਾਂ ਇੰਨੇ ਲੋਕ ਅਸੀਂ ਬੁਲਾਉਣੇ ਨੇ, ਕਿੰਨੇ ਨਹੀਂ ਬੁਲਾਉਣੇ ਹੈਗੇ, ਉਹ ਰਿਫਿਊਜ਼ਲ ਆ ਜਾਂਦੇ, ਕਿਸੇ ਦਾ ਵੀਜ਼ਾ ਆ ਜਾਂਦਾ, ਕਿਸੇ ਦੀ ਰਿਫਿਊਜ਼ਲ ਆ ਜਾਂਦੀ, ਉਸ ਹਿਸਾਬ ਨਾਲ ਜਿਹੜਾ ਉਹ ਸਿਸਟਮ ਉਹ ਚੱਲਦਾ ਰਹਿੰਦਾ, ਉਹ ਮੇਨਟੇਨ ਇਹ ਜਿਹੜਾ ਰੱਖਦੇ ਨੇ। ਬਾਕੀ ਤੁਹਾਨੂੰ ਇਸਦਾ ਇੱਕ ਹੋਰ ਗ੍ਰਾਫ ਜਿਹੜਾ ਦਿਖਾ ਦਿੰਦਾ, ਬਾਕੀ ਤੁਹਾਨੂੰ ਮੈਂ ਜੋ ਹੈਗਾ ਇਹਦਾ ਜੋ ਮਤਲਬ ਕਿ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਦੇ ਦੂੰਗਾ ਹਨਾ, ਉੱਥੇ ਅਗਰ ਤੁਸੀਂ ਦੇਖ ਸਕਦੇ ਹੋ ਕਿ ਕਿਹੜੀ ਕੈਟਾਗਰੀ ਵਿੱਚ ਕਿੰਨੇ ਲੋਕ ਜਿਹੜੇ ਇਹਨਾਂ ਨੇ ਬੁਲਾਉਣੇ ਨੇਗੇ, ਜਿਹਦੇ ਵਿੱਚ ਤੁਹਾਨੂੰ ਸਾਰੀ ਡਿਟੇਲ ਆ ਜਿਹੜੀ ਇਸਦੀ ਇਨਫੋਰਮੇਸ਼ਨ ਆ ਜਿਹੜੀ ਮਿਲ ਜੂਗੀ ਨਾ, ਉਸ ਦੇ ਉੱਤੇ ਸਾਰੀ ਦੇਖ ਸਕਦੇ ਹੋ। ਜੇਕਰ ਤੁਹਾਨੂੰ ਕੁਝ ਨਹੀਂ ਸਮਝ ਆਊਗਾ ਤੁਸੀਂ ਕਮੈਂਟ ਕਰ ਦਿਓ, ਤਾਂ ਮੈਂ ਤੁਹਾਨੂੰ ਉੱਥੇ ਦੱਸੂਗਾ। ਤੇ ਨੈਕਸਟ ਆਪਾਂ ਗੱਲ ਕਰਦੇ ਹਾਂ TR2PR ਵਾਲੇ, ਕਾਫੀ ਜਣੇ ਕਹਿੰਦੇ ਨੇ ਕਿ TR2PR ਇਸ ਦੇ ਵਿੱਚ ਜੋ ਇਹਨਾਂ ਨੇ ਕਹੇਗਾ ਕਿ ਅਸੀਂ ਜਿਹੜੇ ਹੈਗੇ TR2PR ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਉਹ ਬੁਲਾਉਣੇ ਨੇਗੇ। ਬਟ ਮੈਂ ਉਸ ਦੇ ਵਿੱਚ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹੁੰਦਾਗਾ, ਜੋ TR2PR ਦਾ ਜਿਹੜਾ ਇਹ ਪ੍ਰੋਗਰਾਮ ਹੈਗਾ ਸੀ, ਇਹ ਕੋਵਿਡ ਕਰਕੇ ਜਿਹੜਾ ਇਹਨਾਂ ਵੱਲੋਂ ਲਾਂਚ ਕੀਤਾ ਗਿਆ ਸੀਗਾ, ਬਟ ਇਸ ਟਾਈਮ ਦੇ ਉੱਤੇ ਉਹ ਕਹਿ ਰਹੇ ਨੇ ਕਿ ਇਸ ਸਾਲ ਜਿਹੜੇ 40,000 ਤੇ ਅਗਲੇ ਸਾਲ 32,000 ਲੋਕਾਂ ਨੂੰ ਜਿਹੜੀ ਹੈਗੀ ਆ ਇਸ ਦੇ ਅੰਡਰ ਜਿਹੜੀ PR ਦਿੱਤੀ ਜਾਊਗੀ। ਬਟ ਜੇਕਰ ਆਪਾਂ ਲਾਸਟ ਕੁਝ ਫਾਈਲਸ ਦੀ ਗੱਲ ਕਰਦੇ ਹਾਂ ਤਾਂ 90,000 ਫਾਈਲਾਂ ਲਗਭਗ ਇਸ ਦੇ ਵਿੱਚ ਲੱਗੀਆਂ ਹੋਈਆਂ ਨੇ, ਅਤੇ ਮੇਰੇ ਹਿਸਾਬ ਨਾਲ ਬਹੁਤ ਘੱਟ ਜਿਹੜੀਆਂ ਫਾਈਲਾਂ ਦੇ ਰਿਵਰਟ ਆਏ ਨੇ, ਲਗਭਗ 10 ਤੋਂ 20,000 ਫਾਈਲਾਂ ਦੇ ਰਿਵਰਟ ਆਏ ਹੋਣੇ, ਤਾਂ ਕਿਤੇ ਨਾ ਕਿਤੇ ਉਹਨਾਂ ਫਾਈਲਾਂ ਨੂੰ ਜਿਹੜਾ ਇਸ ਦੇ ਵਿੱਚ ਜ਼ਿਆਦਾ ਕੰਸਿਡਰ ਕੀਤਾ ਜਾਊਗਾ। ਅਤੇ ਬਾਕੀ ਦੇਖੋ ਉਹਦੇ ਵਿੱਚ ਕਿਸੇ ਦੀ ਰਿਫਿਊਜ਼ਲ ਆਉਂਦੀ ਹੈ ਜਾਂ ਕੁਛ ਹੋਰ ਆਉਂਦਾ, ਉਹ ਇੱਕ ਅਲੱਗ ਮਾਇਨੇ ਰੱਖਦਾ, ਬਟ ਉਸ ਦੇ ਵਿੱਚ ਕੁਛ ਇੰਨੀਆਂ ਫਾਈਲਾਂ ਨੂੰ ਹੀ ਜਿਹੜਾ ਇਸ ਦੇ ਵਿੱਚ ਕੰਸਿਡਰ ਕੀਤਾ ਜਾਊਗਾ। ਤਾਂ ਮੇਬੀ ਇਹ ਜਿਹੜਾ ਹੈਗਾ ਇਹ ਆਪਾਂ ਕਹਿ ਸਕਦੇ ਹਾਂ ਕਿ ਸਿਰਫ ਕੋਵਿਡ ਕਰਕੇ ਆਇਆ ਸੀਗਾ ਅਤੇ ਅੱਗੇ ਆਉਣ ਵਾਲੇ ਦਿਨਾਂ ਵਿੱਚ ਨਹੀਂ ਹੋ ਸਕਦਾ, ਤਾਂ ਆਪਾਂ ਨੂੰ ਉਸ ਹਿਸਾਬ ਨਾਲ ਪ੍ਰਪੇਅਰ ਹੋ ਕੇ ਚੱਲਣਾ ਪਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ PNP ਹੋ ਗਿਆ, ਐਕਸਪ੍ਰੈਸ ਐਂਟਰੀ ਹੋ ਗਈ, ਉਸ ਦੇ ਅੰਡਰ ਜਿਹੜੀ ਆਪਾਂ ਨੇ ਆਪਣੀ PR ਜਿਹੜੀ ਪਾਉਣੀ ਹੈਗੀ, ਜੋ ਵੀ ਤੁਸੀਂ ਕਰ ਰਹੇ ਹੋਗੇ, ਤਾਂ ਐਕਸਪੀਰੀਅੰਸ ਇਸ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਪੈ ਜਾਂਦਾ ਹੈਗਾ। ਅਤੇ ਇੱਕ ਸਪਾਊਸਲ ਓਪਨ ਬਾਉਂਡ ਵਾਲੇ ਕਾਫੀ ਜਣੇ ਮੈਨੂੰ ਕਹਿ ਦਿੰਦੇ ਨੇ ਕਿ ਹੁਣ ਇਸ ਟਾਈਮ ਦੇ ਉੱਤੇ ਜਿਹੜਾ ਟ੍ਰੈਂਡ ਕਿਸ ਹਿਸਾਬ ਨਾਲ ਚੱਲ ਰਿਹਾ, ਕਿਸ ਹਿਸਾਬ ਨਾਲ ਜਿਹੜੇ ਇਸ ਟਾਈਮ ਦੇ ਉੱਤੇ ਰਿਵਰਟ ਆ ਰਹੇ ਨੇਗੇ। ਦੇਖੋ ਇਸ ਟਾਈਮ ਦੇ ਉੱਤੇ ਜਿਹੜਾ ਹੈਗਾ ਜਨਵਰੀ ਮੰਥ ਲਗਭਗ ਨਿਕਲਣ ਵਾਲਾ, ਫਰਵਰੀ ਮੰਥ ਜਿਹੜੇ ਕੁਛ ਰਿਜ਼ਲਟ ਜਿਹੜੇ ਦਿਖਣੇ ਸ਼ੁਰੂ ਹੋ ਗਏ ਨੇ, ਜੋ ਮੈਂ ਸ਼ਾਮ ਦੀ ਵੀਡੀਓ ਚੱਲਦਾ PPI ਟਾਈਮਲਾਈਨਸ ਵੀ ਕੁਛ ਸ਼ੇਅਰ ਕਰ ਦੂੰਗਾ, ਤਾਂ ਮੈਂ ਕਿਤੇ ਨਾ ਕਿਤੇ ਤੁਹਾਨੂੰ ਇਹ ਕਹਿ ਰਿਹਾ ਕਿ ਇਸ ਟਾਈਮ ਦੇ ਉੱਤੇ ਜਿਹੜਾ ਹੈਗਾ ਰਿਜ਼ਲਟ ਜਿਹੜੇ ਆਉਣੇ ਸ਼ੁਰੂ ਹੋ ਗਏ ਨੇ ਤੇ ਪੋਜ਼ਿਟਿਵ ਆ ਰਹੇ ਨੇ। ਬਟ ਜਿਨ੍ਹਾਂ ਦੇ ਹਸਬੈਂਡ ਜਾਂ ਵਾਈਫ ਦਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਨਹੀਂ ਆਇਆ ਹੈਗਾ, ਉਹਨਾਂ ਨੂੰ ਮੈਂ ਕੁਛ ਰਿਫਿਊਜ਼ਲ ਦੇਖਣ ਮਿਲ ਰਹੀਆਂ ਨੇ, ਜਿਸ ਦੇ ਵਿੱਚ ਉਹ ਕਹਿ ਰਹੇ ਨੇ ਫੁੱਲ ਟਾਈਮ ਸਟੂਡੈਂਟ ਨਹੀਂ ਹੈਗੇ, ਜਾਂ ਸਿਰਫ ਨੌਕ OAB ਲੈਵਲ ਦੀ ਜਿਹੜੀ ਜੌਬ ਨਹੀਂ ਹੈਗੀ। ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਹੈਗੇ ਨੇ ਰੀਜ਼ਨ ਦੇਖਣ ਨੂੰ ਮਿਲ ਰਹੇ ਨੇ। ਲਗਭਗ ਓਵਰਆਲ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਬਹੁਤ ਚੰਗੇ ਰਿਵਰਟ ਆ ਰਹੇ ਨੇ ਮੈਡੀਕਲ
ਅਪਲਾਈ ਕਰਨੀ ਹੈਗੀ, ਕੀ ਉਹਦੇ ਵਿੱਚ ਰੀਜ਼ਨ ਆਏਗਾ, ਕਿਉਂਕਿ ਕੁਛ ਜੋ ਰੀਜ਼ਨਸ ਨੇ ਆਪਾਂ ਨੂੰ ਇਸ ਤਰ੍ਹਾਂ ਨਹੀਂ ਪਤਾ ਲੱਗਦੇ, ਉਹ ਆਪਾਂ ਨੂੰ ਕੇਸ ਨੋਟ ਦੇ ਥਰੂ ਹੀ ਜਿਹੜਾ ਪਤਾ ਲੱਗਦਾ ਗਾ, ਤਾਂ ਅਸੀਂ ਉਹ ਚੀਜ਼ ਨੂੰ ਪਾ ਕੇ ਜਿਹੜੀ ਆਪਦੀ ਫਾਈਲ ਦੇ ਉੱਪਰ ਜਿਹੜਾ ਅੱਗੇ ਵਰਕ ਕਰਿਓ। ਬਾਕੀ 4 ਲੱਖ ਫਾਈਲਾਂ ਨਾਲ ਤੁਸੀਂ ਘਬਰਾਓ ਨਾ, ਇਹ 4 ਲੱਖ ਨਹੀਂ, ਕਿੰਨੇ ਵੀ ਲੋਕ ਜਿਹੜੇ ਹੈਗੇ ਆ ਇਹਨਾਂ ਦੀ ਲਿਸਟ ਦੇ ਵਿੱਚ ਨੇ, ਕਿੰਨੇ ਲੋਕਾਂ ਨੇ ਬੁਲਾਉਣੇ ਨੇ ਆਪਦੀ ਜਿਹੜੀ ਲਿਸਟ ਹੁੰਦੀ ਹੈ। ਤਾਂ ਜੀ ਤੁਹਾਨੂੰ ਇਹੀ ਇਨਫੋਰਮੇਸ਼ਨ ਜਿਹੜੀ ਸ਼ੇਅਰ ਕਰਨੀ ਸੀ, ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਦਿਓ। ਓਕੇ ਜੀ, ਥੈਂਕ ਯੂ।